70-75 ਸਾਲਾਂ ਤੋਂ ਸਾਡੇ ਦੇ ਉੱਤੇ ਦੋ ਦਿਨ ਪਰਿਵਾਰ ਹੀ ਰਾਜ ਕਰ ਰਹੇ ਨੇ ਜਿਹੜਾ ਦੇ ਇੰਨੀ ਗੰਦੀ ਰਾਜਨੀਤੀ ਕਰਦੀ ਕਿ ਲੋਕਾਂ ਦਾ ਅੱਜ ਜੀਣਾ ਹਰਾਮ ਹੋਇਆ ਪਿਆ ਘਰ-ਘਰ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਤੇ ਲੋਕ ਆਪਣਾ ਹੁਣ ਪੰਜਾਬ ਨੂੰ ਛੜ-ਛੜ ਜਾ ਰਹੇ ਨੇ ਪੰਜਾਬ ਨੂੰ ਬਸਲਾ ਰੱਖਣਾ ਜੇ ਰਾਜਨੀਤੀ ਚੰਗੀ ਆਵੇ ਉਹਦੇ ਲਈ ਇੱਕ ਬਦਲਾਅ ਆਉਣ ਦਾ ਜ਼ਰੂਰੀ ਆ ਤੇ ਬਦਲਾਅ ਆਉਣ ਵਾਸਤੇ ਇੱਕ ਆਮ ਆਦਮੀ ਪਾਰਟੀ ਜਾਂ ਇੱਕ ਐਸੀ ਸਰਕਾਰ ਦਾ ਹੋਣਾ ਜ਼ਰੂਰੀ ਆ ਸਰਕਾਰ ਉਹਨਾਂ ਨੂੰ ਪੁੱਛਦੇ ਸੀ ਕਿ ਤੁਸੀਂ ਜਾ ਕੇ ਪਾਰਟੀ ਬਣਾਇਂਗੇ ਕਿ ਤੁਸੀਂ ਰਾਜਨੀਤੀ ਜਾਹੇਂਗੇ ਤਾਂ ਹਜ਼ਾਰਾਂ ਹੀ ਪੱਤਰਕਾਰਾਂ ਨੇ ਹਜ਼ਾਰਾਂ ਬਾਰੀ ਸਵਾਲ ਕੀਤਾ ਪਰ ਉਹਨਾਂ ਨੇ ਕਿਹਾ ਸੀ ਅਸੀਂ ਨਹੀਂ ਬਣਾਉਣੀਆ ਬੰਦੀ ਸਿੰਘਾਂ ਦੀ ਜਿਹੜੇ ਬੰਦੀ ਬੈਠੇ ਨੇ ਜਿੰਨੇ ਵੀ ਸਾਡੇ ਟਰੈਕਟਰ ਅੰਦਰ ਪਏ ਨੇ ਉਹਨਾਂ ਦਾ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਲਖੀਮਪੁਰ ਵਾਲੇ ਨੂੰ ਕੋਈ ਇਨਸਾਫ ਨਹੀਂ ਮਿਲਿਆ ਇਹ ਜੀ ਕੀ ਤੁਹਾਨੂੰ ਕਾਲ ਪੈ ਗਈ ਸੀ ਮੀਨਾਖੰਡ ਹੋਰ ਰੁਕ ਜਾਂਦੇ ਉਹਨਾਂ ਦੇ ਮਨ 'ਚ ਇਹ ਹੀ ਲਾਲਚਾ ਸੀ ਕਿ ਜਾ ਕੇ ਅਸੀਂ ਗੱਡੀਆਂ ਦੇ ਉੱਤੇ ਬੈਠੀਏ ਜਾ ਕੇ ਅਸੀਂ ਐਮਐਲਏ ਬਣੀਏ ਮੈਂ ਇੱਕ ਕਹਣਾ ਵੀ ਜੇਕਰ ਇਲੈਕਸ਼ਨਾਂ 'ਚ ਨਾ ਖੜਦਾ ਰਾਜੇਵਾਲ ਸਾਹਿਬ ਮੇਰੇ ਬਹੁਤ ਸਤਿਕਾਰਯੋਗ ਤੇ ਮੈਂ ਨਹੀਂ ਕਹਦਾ ਮੈਂ ਸਤਿਕਾਰਯੋਗ ਨਹੀਂ ਨਾ ਖੜਦਾ ਚੰਗਾ ਰਹਿੰਦਾ ਕਿਉਂਕਿ ਬਹੁਤ ਜ਼ਿਆਦਾ ਸਤਿਕਾਰ ਸੀ ਉਹਨੂੰ ਪ੍ਰਧਾਨ ਮੰਤਰੀ ਰਾਸ਼ਟਰਪਤੀ ਨਾਲੋਂ ਵੀ ਜ਼ਿਆਦਾ ਸਤਿਕਾਰ ਮਿਲਦਾ ਸੀ ਪੂਰੀ ਦੁਨੀਆ ਸਤਿਕਾਰ ਕਰਦੀ ਸੀਗੀ ਕੋਈ ਕਹਿੰਦਾ 500 ਵੋਟ ਪਊਗੀ ਕੋਈ 1000 ਕਹਿੰਦਾ ਕੋਈ 2000 ਕਹਿੰਦਾ ਵੱਧ ਤੋਂ ਵੱਧ ਲੋਕ 5000 ਤੋਂ ਵੱਧ ਵੋਟ ਨਹੀਂ ਪੈਣੀ ਮੈਂ ਵੀ ਸ਼ਰਤ ਲਾਉਣ ਨੂੰ ਅਗਲੀ ਵਾਰੀ ਮੈਂ ਲੁੱਟ ਕੇ ਉਹਦੋਂ ਨਾਲੋਂ ਵੱਡੀ ਕੋਠੀ ਕਰਨੀ ਆ ਇਸ ਤਰੀਕੇ ਦੀਆਂ ਉਹਨਾਂ ਦੀਆਂ ਲੜਾਈਆਂ ਨੇ ਨਾ ਕਿ ਉਹਨਾਂ ਦੀਆਂ ਦੇਸ਼ ਇਤ ਨੇ ਵੀ ਮੈਂ ਭਲਾ ਕਰਨਾ ਦਾ ਕਰਨਾ ਜਿਵੇਂ ਹੀ ਸਰਕਾਰ ਬਣਨੀ ਆ ਉਹਨਾਂ ਨੇ ਆਪਣੇ ਬਦਲਾ ਖੋਰੀ ਤੇ ਦੂਜੇ ਨਾਲੋਂ ਦੂਜੇ ਵੱਡ ਫੈਕਟਰੀਆਂ ਲਾ ਕੇ ਵੱਧ ਕਾਰੋਬਾਰ ਕਰਕੇ ਆਪਣੇ ਕਾਰੋਬਾਰ ਵਧਾਉਣ 35 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਸੁਖਵੀਰ ਸਿੰਘ ਕਾਫੀ ਲੰਮਾ ਸਮਾਂ ਕਿਸਾਨੀ ਅੰਦੋਲਨ ਚੱਲਿਆ ਤੇ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਜਿਹੜੇ ਉਹ ਲਾਗੂ ਕੀਤੇ ਗਏ ਸਨ ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨ ਵੀ ਕਹਿੰਦੇ ਸਨ ਪਰ ਉਸ ਨੂੰ ਰੱਦ ਕਰਵਾਉਣ ਦੇ ਲਈ ਹਰ ਇੱਕ ਵਰਗ ਦਾ ਜਿਹੜਾ ਉਹ ਕਾਫੀ ਯੋਗਦਾਨ ਰਿਹਾ ਤੇ ਜਿਸ ਦੇ ਚੱਲਦੇ ਜੇਕਰ ਗੱਲ ਕੀਤੀ ਜਾਵੇ ਕੁਲਵੀਰ ਸਿੰਘ ਮੁਸਕਾਵਾਦ ਦੀ ਜਿਹੜੇ ਨੇ ਪੂਰੇ ਦੇਸ਼ ਦੇ ਵਿੱਚ ਜਾ ਕੇ ਥਾਂ ਥਾਂ ਤੇ ਚੋਣ ਪ੍ਰਚਾਰ ਕੀਤਾ ਤੇ ਹੁਣ ਉਹ ਜਿਹੜਾ ਉਹ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਉਤਰੇ ਨੇ ਤੇ ਉਹ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਕੈਂਡੀਡੇਟ ਸਾਫ਼ ਸੁਥਰਾ ਜਾਂ ਵਧੀਆ ਹੋਵੇ ਤਾਂ ਮੈਂ ਉਹਨਾਂ ਦਾ ਵੀ ਪ੍ਰਚਾਰ ਕਰਦਾ ਆ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਇਸ ਇਹਦਾ ਕਾਰਨ ਕਿਉਂ ਬਣਿਆ ਕੀ ਗੱਲ ਆ ਦੇਖੋ ਜੀ 70-75 ਸਾਲਾਂ ਤੋਂ ਸਾਡੇ ਦੇ ਉੱਤੇ ਦੋ ਦਿਨ ਪਰਿਵਾਰ ਹੀ ਰਾਜ ਕਰ ਰਹੇ ਨੇ ਜਿਹੜਾ ਦੇ ਇੰਨੀ ਗੰਦੀ ਰਾਜਨੀਤੀ ਕਰਦੀ ਕਿ ਲੋਕਾਂ ਦਾ ਅੱਜ ਜੀਣਾ ਹਰਾਮ ਹੋਇਆ ਪਿਆ ਘਰ-ਘਰ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਤੇ ਲੋਕ ਆਪਣਾ ਹੁਣ ਪੰਜਾਬ ਨੂੰ ਛੜ ਛੜ ਜਾ ਰਹੇ ਨੇ ਤੇ ਉਹਨਾਂ ਨੂੰ ਜੇ ਅਗਰ ਬਸ ਦਾ ਰੱਖਣਾ ਪੰਜਾਬ ਨੂੰ ਬਸ ਦਾ ਰੱਖਣਾ ਜੇ ਰਾਜਨੀਤੀ ਚੰਗੀ ਆਵੇ ਉਹਦੇ ਲਈ ਇੱਕ ਬਦਲਾਅ ਆਉਣ ਦਾ ਜ਼ਰੂਰੀ ਆ ਤੇ ਬਦਲਾਅ ਆਉਣ ਵਾਸਤੇ ਇੱਕ ਆਮ ਆਦਮੀ ਪਾਰਟੀ ਜਾਂ ਇੱਕ ਐਸੀ ਸਰਕਾਰ ਦਾ ਹੋਣਾ ਜ਼ਰੂਰੀ ਆ ਜਿਹੜੀ ਕਿ ਬਦਲਾਅ ਲਿਆ ਸਕੇ ਉਹਦੇ ਵਿੱਚੋਂ ਸਾਰੇ ਨਾਲੋਂ ਵਧੀਆ ਪਾਰਟੀ ਜਿਹੜੀ ਹੈਗੀ ਉਹ ਆਮ ਆਦਮੀ ਪਾਰਟੀ ਆ ਇਸ ਕਰਕੇ ਮੈਂ ਉਹਨਾਂ ਦਾ ਪ੍ਰਚਾਰ ਕਰ ਰਿਹਾ ਥਾਂ ਥਾਂ ਜਾ ਕੇ ਪਰ ਇਹ ਵੀ ਨਹੀਂ ਹੈਗਾ ਕਿ ਮੈਨੂੰ ਇਹਨਾਂ ਨੇ ਖਰੀਦਿਆ ਆ ਜਾਂ ਮੈਂ ਇਹਨਾਂ ਦੇ ਕਿਸੇ ਨਾਲ ਮੇਰਾ ਕੋਈ ਟਾਈ ਅਪ ਹੋ ਗਿਆ ਜਾਂ ਮੇਰੀ ਇਹਨਾਂ ਨਾਲ ਕੋਈ ਸਾਂਝ ਪੈ ਗਈ ਆ ਤਾਂ ਕਰ ਰਿਹਾ ਨਹੀਂ ਸਿਰਫ ਆਉਣ ਲਈ ਉਹਨਾਂ ਬਦਲਾਅ ਵਾਸਤੇ ਕਈ ਜਗ੍ਹਾ ਤੇ ਇਹ ਜੇ ਵੀ ਨਹੀਂ ਲਕੇ ਜਿੱਥੇ ਆਮ ਆਦਮੀ ਪਾਰਟੀ ਦੀ سپورਟ ਨਹੀਂ ਕਰਦਾ ਮੈਂ ਮਨੁੱਖਤ ਨੂੰ ਦੇਖ ਰਿਹਾ ਤੇ ਕੰਮ ਨੂੰ ਦੇਖ ਰਿਹਾ ਤੇ ਕਈ ਜਗ੍ਹਾ ਤੇ ਹੈਜੇ ਨੇ ਜਿੱਥੇ ਮੈਨੂੰ ਲੱਗਦਾ ਕਿ ਆ ਬੰਦੇ ਦਾ ਤੇ سپورਟ ਕਰਨੀ ਚਾਹੀਦੀ ਆ ਉਥੇ ਉਹਨਾਂ ਦਾ ਵੀ ਕਰ ਰਹੇ ਹਾਂ ਜੀ ਤੁਲਵੀਰ ਜੇਕਰ ਗੱਲ ਕੀਤੀ ਆ ਵੀ ਕਿਸਾਨੀ ਅੰਦੋਲਨ ਦਾ ਕਾਫੀ ਲੰਮਾ ਸਮਾਂ ਚੱਲਦਾ ਰਿਹਾ ਉੱਥੇ ਜਿਹੜੇ ਕਿਸਾਨ ਸੀਗੇ ਉਹ ਪੂਰੀ ਤਰ੍ਹਾਂ ਡਟੇ ਹੋਏ ਸਨ ਹਰ ਇੱਕ ਵਰਗ ਜਿਹੜਾ ਉਹਨਾਂ ਦਾ ਸਾਥ ਦੇ ਰਿਹਾ ਸੀਗਾ ਤੁਸੀਂ ਵੀ ਥਾਂ ਥਾਂ ਦੇ ਘੁੰਮਿਓ ਪੂਰੇ ਦੇਸ਼ ਦੇ ਵਿੱਚ ਤੁਸੀਂ ਪ੍ਰਚਾਰ ਕੀਤਾ ਪਰ ਕਿਸਾਨਾਂ ਨੇ ਉਸ ਤੋਂ ਬਾਅਦ ਇੱਕ ਆਪਣੀ ਪਾਰਟੀ ਬਣਾਈ ਉਹ ਕੀ ਲੋੜ ਪੈ ਗਈ ਸੀਗੀ ਉਹਨਾਂ ਨੂੰ ਉਹੀ ਤਾਂ ਗੱਲ ਆ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ ਇੱਕ ਹਾਸਲ ਕਰ ਲੈਂਦੇ ਆ ਜਾਂ ਸਾਡੇ ਵਿੱਚ ਇੱਕ ਸੀਗੀ ਜਦੋਂ ਲੀਡਰ ਉਹਨਾਂ ਨੂੰ ਪੁੱਛਦੇ ਸੀ ਜਾਂ ਪੱਤਰਕਾਰ ਉਹਨਾਂ ਨੂੰ ਪੁੱਛਦੇ ਸੀ ਕੀ ਤੁਸੀਂ ਜਾ ਕੇ ਪਾਰਟੀ ਬਣਾਇੰਗੇ ਕਿ ਤੁਸੀਂ ਰਾਜਨੀਤੀ ਜਾਵਾਂਗੇ ਤਾਂ ਹਜ਼ਾਰਾਂ ਹੀ ਪੱਤਰ ਤਾਰਾ ਨੇ ਹਜ਼ਾਰਾਂ ਬਾਰੀ ਸਵਾਲ ਇਹ ਕੀਤਾ ਪਰ ਉਹਨਾਂ ਨੇ ਕਿਹਾ ਸੀ ਅਸੀਂ ਨਹੀਂ ਬਣਾਉਣੇ ਆ ਅੱਜ ਉਹ ਕੀ ਕਿਸ ਕਾਰਨ ਕਰਕੇ ਉਹਨਾਂ ਨੇ ਪਾਰਟੀ ਬਣਾਈ ਇਸ ਕੱਲ ਤੋਂ ਉਹਨਾਂ ਦੇ ਉੱਤੇ ਉਂਗਲੀ ਉਠਦੀ ਆ ਵੀ ਇਹ じゃ ਕੀ ਕਾਰਨ ਹੋ ਗਿਆ ਸੀਗਾ ਜਿਹੜਾ ਹੋਆ ਜੇ ਤੁਸੀਂ ਬਦਲਾਅ ਹੀ ਚਾਹੁੰਦੇ ਸੀ ਤਾਂ ਉੱਥੋਂ ਤੁਸੀਂ ਸ਼ਰੇਆਮ ਲਾਅਸ ਮਿਟਾ ਕਰਦੇ ਵੀ ਹਾਂ ਭਾਈ ਅਸੀਂ ਬਦਲਾਅ ਲੈ ਕੇ ਆਉਣਾ ਰਾਜਨੀਤੀ ਦੇ ਵਿੱਚ ਵੀ ਸਾਨੂੰ ਆਉਣਾ ਪੈਣਾ ਉਦੋਂ ਤਾਂ ਆਪਾਂ ਉੱਥੇ ਗਾਲਾਂ ਕੱਢਦੇ ਸੀ ਵੀ ਲੀਡਰ ਮਾੜੇ ਹੁੰਦੇ ਨੇ ਲੀਡਰ ਆ ਤੇ ਇੱਥੋਂ ਤੱਕ ਕਿ ਕੁਰਸੀਆਂ ਸਾਂਝੀਆਂ ਨਹੀਂ ਕਰ ਦਿੰਦੇ ਆ ਫਿਰ 1 ਲੱਖ ਤੇ ਤੁਹਾਨੂੰ ਜਲਦੀ ਤੋਂ ਜਲਦੀ ਐਮਐਸਬੀ ਦੀ ਬੀਗ ਲੜਾਈ ਹਜੇ ਸਾੜੀ ਅਧੂਰੀ ਸੀ ਬ ਜਿਹੜੇ ਬੰਦੀ ਬੈਠੇ ਨੇ ਜਿੰਨੇ ਵੀ ਸਾਡੇ ਟਰੈਕਟਰ ਅੰਦਰ ਪਏ ਨੇ ਉਹਨਾਂ ਦਾ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਲਖੀਮਪੁਰ ਵਾਲੇ ਨੂੰ ਕੋਈ ਇਨਸਾਫ ਨਹੀਂ ਮਿਲਿਆ ਇਹ ਜੀ ਕੀ ਤੁਹਾਨੂੰ ਕਾਲ ਪੈ ਗਈ ਸੀ ਮੀਨਾਖੰਡ ਹੋਰ ਰੁਕ ਜਾਂਦੇ ਪੂਰਾ ਪ੍ਰੈਸ਼ਰ ਬਣ ਚੁੱਕਿਆ ਸੀਗਾ ਤੇ ਕਿਉਂ ਨਾ ਆਪਾਂ ਪੂਰੀ ਲੜਾਈ ਜਿੱਤ ਕੇ ਆਉਂਦੇ 1 ਲੱਖ ਦੇ ਜਿਹੜਾ ਉਹ ਭੱਜੇ ਨੇ ਬਸ ਇੰਨੀ ਗੱਲ ਨੂੰ ਕਹਿ ਕੇ ਵੀ ਹਾਂ ਠੀਕ ਆ ਆਪਾਂ ਤਾਂ ਤਿੰਨ ਕਾਨੂੰਨ ਵਾਪਸ ਕਰਾਉਣੇ ਜੀ ਕਰਾ ਲੇ ਬਾਕੀ ਲੜਾਈਆਂ ਨਾਲ ਆਪਣੀ ਗੱਲਬਾਤ ਹੋ ਗਈ ਹੈ ਸਮਝੌਤਾ ਹੋ ਗਿਆ ਭੱਜ ਲੈ ਉਹਨਾਂ ਦੇ ਮਨ 'ਚ ਕਿਉਂ ਸੀ ਕਿਸ ਕਾਰਨ ਸੀ ਕਿਉਂ ਲਾਲਸਾ ਸੀਗੀ ਤਾਂ ਉਹਨਾਂ ਦੇ ਮਨ 'ਚ ਇ ਗੱਡੀਆਂ ਦੇ ਉੱਤੇ ਬੈਠੀਏ ਜਾ ਕੇ ਅਸੀਂ ਐਮਐਲਏ ਬਣੀਏ ਕੈਬਨਿਟ ਮੰਤਰੀ ਬਣੀਏ ਮੁੱਖ ਮੰਤਰੀ ਬਣੀਏ ਤੇ ਉਹ ਆਪਣੇ ਸਾਹਮਣੇ ਆਈਆਂ ਜਿਹੜੀਆਂ ਕਿ ਲੁੱਕ ਵੀ ਚਾਲ ਸਮਝਦੇ ਨੇ ਤੇ ਉਹਨਾਂ ਦੇ ਚਾਲਾਂ ਦੇ ਵਿੱਚ ਨਹੀਂ ਆਉਣਗੇ ਵੀ ਨਹੀਂ ਹੈਗੇ ਬਦਲਾਅ ਦੇ ਰੂਪ ਦੇ ਵਿੱਚ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਇੱਕੋ ਪਾਰਟੀ ਆ ਜੋ ਬਦਲਾਅ ਲੈ ਕੇ ਆ ਸਕਦੀ ਆ ਜੇ ਤਾਂ ਕਰੂਗੀ ਤਾਂ ਠੀਕ ਹੈ ਇੱਕ ਮੌਕਾ ਦੇਣਾ ਚਾਹੀਦਾ ਤੇ ਮੌਕਾ ਇਸ ਵਾਰ ਆਪਾਂ ਦੇ ਰਹੇ ਆਂ ਪੂਰੀ ਦੁਨੀਆ ਪਲਟ ਚੁੱਕੀ ਆਪਾਂ ਰੋਜ਼ ਦੇਖੇ ਰਹੇ ਆਂ ਕਿ ਹਵਾ ਇੱਕ ਪਾਸੇ ਨੂੰ ਭੱਗ ਰਹੀ ਆ ਤੇ ਜੇ ਨਹੀਂ ਕਰੂਗੀ ਤਾਂ 5 ਸਾਲ ਫੇਰ ਆਇ ਲਓ ਉਹ ਅੱਗੇ ਵੀ ਤਾਂ ਆਪਾਂ ਕੁੱਟ ਲੁੱਟ ਕਸੁੱਟ ਖਾਣੇ ਆ ਜੇ ਇਹ ਸਾਨੂੰ ਲੁੱਟ ਲੈਣਗੇ ਦੇਖਾ ਇਹ ਲੁੱਟ ਲੈਣਾ ਪਰ ਸਾਡੇ ਨਾਲ ਤਾਂ ਹੋਣੀ ਆ ਜੇ ਅਸੀਂ ਦੁਬਾਰਾ ਉਹਨਾਂ ਨੂੰ ਹੀ ਬਿਠਾ ਦਿੰਨੇ ਆ ਉਹਨਾਂ ਨੇ ਤਾਂ ਸਾਨੂੰ ਲੁੱਟਣਾ ਹੀ ਲੁੱਟਣਾ ਤਾਂ ਤੈ ਆ ਇਸ ਕਰਕੇ ਬਦਲਾਅ ਦੇ ਨੀਤੀ ਦੇ ਤੌਰ ਤੇ ਮੈਂ ਅੱਜ ਥਾਂ ਥਾਂ ਇਸ ਕਰਕੇ ਕਹਿੰਦਾ ਕਿ ਬਦਲਾਅ ਜਿਹੜਾ ਮਨ ਬਣਿਆ ਹੋਇਆ ਲੋਕਾਂ ਦਾ ਤੇ ਜਿਹੜੇ ਰਾਜਨੀਤੀ ਆ ਇਹਨੂੰ ਇੱਕ ਵਾਰੀ ਬਦਲਣ ਦਾ ਮੌਕਾ ਦੇਣਾ ਚਾਹੀਦਾ ਤੇ ਇੱਕ ਵਾਰੀ ਆਪਾਂ ਨੂੰ ਲੋਕਾਂ ਨੂੰ ਆਮ ਆਦਮੀ ਪਾਰਟੀ ਲਿਆਉਣ ਦਾ ਮੌਕਾ ਦੇਣਾ ਚਾਹੀਦਾ ਕੁਲਵੀਰ ਜੀ ਤੁਹਾਡਾ ਏਰੀਆ ਖੰਨੇਵਲ ਦਾ ਸਮਰਾਲਾ ਤੋਂ ਜਿਹੜੇ ਰਾਜੇਵਾਲ ਨੇ ਉਹ ਖੜੇ ਨੇ ਕਿਸ ਕੀ ਲੱਗਦਾ ਤੁਹਾਨੂੰ ਉਹਨਾਂ ਦੀ ਕਹਿ ਜੀ ਉਧਰ ਹਵਾ ਵੀ ਆ ਕਿ ਤੇ ਕਹ ਲੋਕ ਕੀ ਕਹਿੰਦੇ ਨੇ ਉਹਦੇ ਬਾਰੇ ਦੇਖੋ ਜੀ ਮੈਂ ਇੱਕ ਕਹਣਾ ਵੀ ਜੇਕਰ ਇਲੈਕਸ਼ਨਾਂ ਚ ਨਾ ਖੜਦਾ ਰਾਜੇਵਾਲ ਸਾਹਿਬ ਹੂੰ ਮਰੇ ਬਹੁਤ ਸਤਿਕਾਰਯੋਗ ਨੇ ਮੈਂ ਨਹੀਂ ਕਹਦਾ ਮੈਂ ਸਤਿਕਾਰਯੋਗ ਨਹੀਂ ਨਾ ਖੜਦਾ ਚੰਗਾ ਰਹਿੰਦਾ ਕਿਉਂਕਿ ਬਹੁਤ ਜ਼ਿਆਦਾ ਸਤਿਕਾਰ ਸੀ ਉਹਨੂੰ ਪ੍ਰਧਾਨ ਮੰਤਰੀ ਰਾਸ਼ਟਰਪਤੀ ਨਾਲੋਂ ਵੀ ਜ਼ਿਆਦਾ ਸਤਿਕਾਰ ਮਿਲਦਾ ਸੀ ਪੂਰੀ ਦੁਨੀਆ ਸਤਿਕਾਰ ਕਰਦੀ ਸੀਗੀ ਅੱਜ ਉਹ ਇਲੈਕਸ਼ਨਾਂ 'ਚ ਖੜ ਕੇ ਮਤਲਬ ਪਿੰਡਾਂ ਦੇ ਵਿੱਚ ਉਹਦਾ ਇਹ ਹਾਲਾਤ ਹੋ ਜਾਂਦੇ ਨੇ ਲੋਕ ਉਹਨਾਂ ਨੂੰ ਸਵਾਲ ਵੀ ਕਰਦੇ ਨੇ ਵੀ ਤੁਸੀਂ ਕੀ ਲੈ ਕੇ ਆਏ ਹੋ ਦਿਖਾਓ ਤਾਂ ਸਹੀ ਤੁਸੀਂ ਕੀ ਲੈ ਕੇ ਸਿਰਫ ਤਿੰਨ ਕਾਨੂੰਨ ਵਾਪਸ ਕਰਾਉਣ ਵਾਸਤੇ ਹੀ ਆਪਾਂ ਉੱਥੇ ਬੈਠੇ ਦੀ ਸਾਡਾ ਜੀਵਨ ਜਨ ਜੀਵਨ ਤਾਂ ਉਹੀ ਦਾ ਉਦਾਂ ਦਾ ਉਦਾਂ ਹੀ ਰਿਹਾ ਸਾਡੀਆਂ ਫਸਲਾਂ ਦੀ ਤਾਂ ਸਾਨੂੰ ਫਿਰ ਵੀ ਐਮਐਸਬੀ ਉੱਥੇ ਹੀ ਰਹਿਣੀ ਆ ਤੇ ਨੀ ਲਾਉਂਦੇ ਤੇ ਅੱਜ ਪਿੰਡਾਂ ਦੇ ਵਿੱਚ ਸ਼ਰਤਾਂ ਲੱਗ ਰਹੀਆਂ ਨੇ ਕਿ ਇਹਨੂੰ ਵੋਟ ਕਿੰਨੀ ਪਊਗੀ ਕੋਈ ਕਹਿੰਦਾ 500 ਵੋਟ ਪਊਗੀ ਕੋਈ 1000 ਕਹਿੰਦਾ ਕੋਈ 2000 ਕਹਿੰਦਾ ਵੱਧ ਤੋਂ ਵੱਧ ਲੋਕ 5000 ਤੋਂ ਵੱਧ ਵੋਟ ਨਹੀਂ ਪੈਣੀ ਮੈਂ ਵੀ ਸ਼ਰਤ ਲਾਉਣ ਨੂੰ ਤਿਆਰ ਬੈਠਾ ਰਹਿਣਾ ਜੇ 5-7000 ਤੋਂ ਵੋਟ ਉਹਨੂੰ ਵੱਧ ਪੈ ਗਈ ਤਾਂ ਕਹਿ ਦਿਓ ਸੋ ਇਹ ਸ਼ਬੀ ਹੋਈ ਕਿੱਥੇ ਦਾ ਉਹ ਰਾਜਾ ਸੀ ਤੇ ਕਿੱਥੇ ਉਹ ਭੁਖਾਰੀ ਬਣ ਕੇ ਵੋਟਾਂ ਮੰਗਦਾ ਫਿਰਦਾ ਤੇ ਹਰ ਜਣਾ ਔਰ ਸਾਡਾ ਨਮੋਸ਼ੀ ਨਾਲ ਸਿਰ ਉਦੜਨੀਵਾ ਬਹੁਤ ਹੋਣਾ ਜਦੋਂ মিডিਆ ਨੇ ਇਹ ਗੱਲ ਕਹਿਣੀ ਆ ਵੀ ਤੁਹਾਨੂੰ ਕਹਿੰਦੇ ਸੀ ਵੀ ਇਹ ਲੋਕ ਇਹਨਾਂ ਦੇ ਨਾਲ ਨਹੀਂ ਆਏ ਹੈਗੇ ਵੀ ਇਹ ਲੋਕ ਉਹਨੇ ਕ੍ਰਿਤੀ ਹੋਏ ਭੇਜਿਓ ਨੇ ਪਾਰਟੀਆਂ ਦੇ ਪੋਲਟਿਕਸ ਦੇ ਭੇਜਿਓ ਨੇ ਜੇ ਕਿਸਾਨਾਂ ਦੇ ਨਾਲ ਹੁੰਦੇ ਤਾਂ ਕਿਸਾਨਾਂ ਜਿੱਤਦੇ ਸੋ ਉਹ ਸਾਨੂੰ ਨੈਸ਼ਨਲ ਮੀਡੀਆ ਨੇ ਬਹੁਤ ਭਿੰਡਣਾ ਹੋਣਾ ਉਹ ਜਿਹੜੀ ਕਿਤੇ ਬਣੀ ਹੋਈ ਜਿੱਦ ਨੂੰ 1 ਲੱਖ ਦੇ ਮਿੱਟੀ ਛਾੜ ਤੇ ਦਬਾਉਣਾ ਐਡਾ ਪ੍ਰੈਸ਼ਰ ਬਣਾਇਆ ਹੋਇਆ ਸੀਗਾ ਵੀ ਅਸੀਂ ਪ੍ਰਧਾਨ ਮੰਤਰੀ ਜਿਹੜਾ ਝੁਕਦਾ ਨਹੀਂ ਸੀ ਉਹਨੂੰ ਵੀ ਚੁਕਾ ਲਿਆ ਸੀਗਾ ਉਹਨੂੰ ਆਕੇ ਖਤਮ ਕਰਤੀ ਤੇ ਇਸ ਕਰਕੇ ਮੈਨੂੰ ਜਿੰਨੀ ਇਹਨਾਂ ਜਿਨ੍ਹਾਂ ਨੇ ਜਥੇਬੰਦੀਆਂ ਨੇ ਪੋਲਟਿਕਸ ਚ ਆਏ ਨੇ ਉਹਨਾਂ ਵੱਲ ਮੈਂ ਨਰਾਸ਼ ਆ ਵੀ ਇਹਨਾਂ ਨੂੰ ਇਹ ਨੀਤੀ ਕਰਨਾ ਚਾਹੀਦਾ ਓਕਣੇ ਆਪਣੇ ਆਪ ਨੂੰ ਪ੍ਰੈਸ਼ਰ ਪਾਰਟੀ ਬਣਾ ਰੱਖਦੇ ਤਾਂ ਮੈਨੂੰ ਉਮੀਦ ਆ ਵੀ ਪੰਜਾਬ ਦੇ ਜ਼ਿਆਦਾ ਮਸਲੇ ਹੱਲ ਕਰ ਸਕਦੇ ਸੀ ਕੁਲਵੀਰ ਜੀ ਤੁਹਾਨੂੰ ਦੁੱਖ ਨਹੀਂ ਲੱਗਦਾ ਜਦੋਂ ਐ ਰਾਜੇਵਾਲ ਉਰੀ ਖੜੇ ਹੋਏ ਨੇ ਤੁਸੀਂ ਕਾਫੀ ਜ਼ਿਆਦਾ ਜਿਹੜਾ ਅੰਦੋਲਨ ਦਾ ਸਾਥ ਵੀ ਦਿੱਤਾ ਤੇ ਮਿਹਨਤ ਵੀ ਕੀਤੀ ਆ ਤੇ ਜੇ ਕੱਲ ਨੂੰ ਪੰਜਾਬ ਨੂੰ ਜਾਂ ਹੋਰ ਵੀ ਕਿਸੇ ਵਰਗ ਨੂੰ ਲੋੜ ਪੈਂਦੀ ਆ ਤਾਂ ਅਮੇ ਦੇ ਲੋਕਾਂ ਨੂੰ ਦੇਖ ਕੇ ਲੋਕ ਅੱਗੇ ਆਉਣਗੇ ਜਾਂ ਫਿਰ ਨਹੀਂ ਨਹੀਂ ਆਉਣਗੇ ਦੇਖੋ ਸਾਡੇ ਚੋਂ ਚਿੰਗ ਨਹੀਂ ਜਾ ਸਕਦੇ ਸਾਡੇ ਚ ਕ੍ਰਾਂਤੀ ਦੀ ਚਿੰਗਾ ਜਿਹੜੀ ਉਹ ਨਹੀਂ ਕਦੇ ਵੀ ਖਤਮ ਹੋਣੀ ਆ ਉਹ ਆਉਣਗੇ ਸਾਨੂੰ ਬਤਿੱ ਜਥੇਬੰਦੀਆਂ ਦੀ ਜ਼ਰੂਰਤ ਨਹੀਂ ਜਥੇਬੰਦੀ ਦਾ ਇੱਕੋ ਬਹੁਤ ਆ ਪੰਜਾਬ 'ਚ ਅਸੀਂ ਸਾਰੇ ਉਦਾਂ ਨਾਲ ਇਕੱਠੇ ਹੋ ਜਾਾਂਗੇ ਸੋ ਪਰ ਸਾਡੇ ਕੋਲ ਹਜੇ ਵੀ 8-10 ਜਥੇਬੰਦੀਆਂ ਇਹ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਨਿਊਟਰਲ ਨੇ ਜਿਨ੍ਹਾਂ ਨੇ ਕਦੇ ਵੀ ਕਿਸੇ ਲਈ ਨਾ ਪ੍ਰਚਾਰ ਕੀਤਾ ਨਾ ਉਹਨਾਂ ਨੇ ਰਾਜਨੀਤੀ ਚਾਹੀ ਨੇ ਉਹ ਸਮਾਜ ਦੀ ਕੰਮ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਨਾਲ ਅੱਜ ਵੀ ਨਾਲ ਆ ਅੱਤ ਕੱਲ ਵੀ ਨਾਲ ਆ ਕਦੋਂ ਵੀ ਉਹ ਕਹਿ ਦਣ ਵੀ ਐਮਐਸਬੀ ਦੀ ਆਪਾਂ ਲੜਾਈ ਲੜਨੀ ਹੈ ਤੇ ਜਾ ਕੇ ਧਰਨਾ ਦੇਣਾ ਉਸ ਕੱਲ ਨੂੰ ਲੋਕ ਦੇਖੋ ਆਪ ਮਹਾਰੇ ਜਾ ਕੇ ਤੁਰਦੇ ਲੋਕ ਕਿਉਂਕਿ ਲੋਕ ਨਹੀਂ ਟੁੱਟੇ ਲੋਕ ਨਹੀਂ ਵਿਕੇ ਵਿਕੇ ਇਹ ਨਹੀਂ ਲੋਕ ਨਹੀਂ ਆ ਕੇ ਲੀਡਰੀ ਬਣਨ ਲੱਗੇ ਰਾਜਨੀਤੀ ਦੇ ਬੜੇ ਇਹ ਬੜੇ ਨੇ ਸੋ ਇਸ ਕਰਕੇ ਲੋਕ ਉਹਨਾਂ ਦੇ ਨਾਲ ਨੇ ਜਦੋਂ ਵੀ ਪੰਜਾਬ ਦੀ ਕੋਈ ਜਥੇਬੰਦੀ ਕਿਸਾਨੀ ਦੀ ਜਥੇਬੰਦੀ ਗੱਲ ਕਰੂਗੀ ਕੰਮ ਕਰੂਗੀ ਤਾਂ ਲੋਕ ਉਵੇਂ ਆਪ ਮਹਾਰੇ ਉਹਨਾਂ ਦੇ ਨਾਲ ਜਾ ਕੇ ਖੜੇ ਹੋਣਗੇ ਜੇਕਰ ਦੋ ਰਵੇਤੀ ਪਾਰਟੀ ਦੀ ਗੱਲ ਕਰੀ ਆਪਾਂ ਕਾਲੀ ਕਾਂਗਰਸ ਦੀ ਤੁਹਾਨੂੰ ਲੱਗਦਾ ਕੀ ਉਹਨਾਂ ਦੀ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ ਜਾਂ ਉਹ ਆਪਸੀ ਰੰਜਿਸ਼ਾ ਕੱਢਣ ਦੀ ਗੱਲ ਕਰਦੇ ਨੇ ਜਿਵੇਂ ਹੁਣ ਵਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਆਹਮੋ ਸਾਹਮਣੇ ਹੋ ਗਏ ਉਹ ਤਾਂ ਐ ਲੱਗਦਾ ਜਿਵੇਂ ਆਪਣੀ ਲੜਾਈ ਲੜਦੇ ਹੋਣ ਨਹੀਂ ਉਹ ਉਹਨਾਂ ਦੀ ਆਪਣੀਆਂ ਲੜਾਈਆਂ ਨੇ ਦੇਖੋ ਉਹ ਬਦਲਾਖੋਰੀਆਂ ਵਾਲੀਆਂ ਲੜਾਈਆਂ ਨੇ ਉਹਨਾਂ ਦੀਆਂ ਉਹਨਾਂ ਦਾ ਕਦੇ ਵੀ ਧਿਆਨ ਇਸ ਗੱਲ 'ਚ ਨਹੀਂ ਜਾਂਦਾ ਇੱਕ ਲੜਾਈ ਉਹਨਾਂ ਦੀ ਇਸ ਰਹਿੰਦੀ ਆ ਕਿ ਅਸੀਂ ਆ ਕੇ ਬਦਲਾਖੋਰੀ ਲੈਣੀ ਆ ਇੱਕ ਲੜਾਈ ਰਹਿੰਦੀ ਆ ਕਿ ਯਾਰ ਉਹਨੇ ਪਿਛਲੀ ਵਾਰੀ ਇੰਨਾ ਲੁੱਟ ਕੇ ਆਪਣੀ ਵੱਡੀ ਵੱਡੀ ਕੋਠੀ ਕਰ ਲਈ ਅਗਲੀ ਵਾਰੀ ਮੈਂ ਲੁੱਟ ਕੇ ਉਹਦੋਂ ਨਾਲੋਂ ਵੱਡੀ ਕੋਠੀ ਕਰਨੀ ਆ ਇਸ ਤਰੀਕੇ ਦੀਆਂ ਉਹਨਾਂ ਦੀਆਂ ਲੜਾਈਆਂ ਨੇ ਨਾ ਕਿ ਉਹਨਾਂ ਦੀ ਦੇਸ਼ ਇਤ ਨੇ ਵੀ ਮੈਂ ਪਲਾ ਕਰਨਾ ਰਕ ਵਰਨਾ ਅੱਜ ਵੀ ਉਹਨਾਂ ਨੇ ਪਿੰਡਾਂ ਵਾਲਦੇ ਲੋਕਾਂ ਨੂੰ ਗਲੀਆਂ ਨਾਲੀਆਂ ਤੱਕੇ ਸੀਮਤ ਰੱਖਿਆ ਹੋਇਆ ਸ਼ਰਾਬਾਂ ਵੰਡ ਵੰਡ ਕੇ ਰਾਜਨੀਤੀਆਂ ਕਰਦੇ ਨੇ ਉਹੀ ਚੀਜ਼ਾਂ ਦੇ ਰੱਖਿਆ ਇਸ ਕਰਕੇ ਲੋਕ ਹੁਣ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਅੱਕ ਚੁੱਕੇ ਨੇ ਥੱਕ ਚੁੱਕੇ ਨੇ ਮੌਕਾ ਦੇਣ ਦੀ ਗੱਲ ਕਰ ਦਿੰਦੇ ਨੇ ਹਰ ਵਾਰੀ ਕਹਿੰਦੇ ਨੇ ਇੱਕ ਮ ਤਾਂ ਕੀ ਹੁੰਦਾ ਵੀ ਇੱਕ ਮੌਕਾ ਵੀ ਤੁਹਾਨੂੰ ਤਾਂ ਇੱਕ ਮੌਕਾ ਨਹੀਂ ਦਵਾਂ ਤਾਂ 70-75 ਸਾਲ ਆਪਣਾ ਪੰਜਾਬ ਦੇ ਕੇ ਰਿਆ ਸਾਡੇ ਨਾਲੋਂ ਕਿਤੇ ਹੀ ਕੁਝ ਮੋਲਕ ਆਹ ਜੇ ਨੇ ਬਾਅਦ ਚ ਆਜ਼ਾਦ ਹੋਏ ਨੇ ਉਹ ਔਰ ਉਹ ਉਹਨਾਂ ਨੇ ਆਪਣੇ ਮੁਲਕ ਨੂੰ ਕਿਤੇ ਤੋਂ ਕਿਤੇ ਲੈ ਗਏ ਅੱਜ ਲੋਕ ਸਾਡੇ ਤੋਂ ਭੱਜ-ਭੱਜ ਕੇ ਉਹਨਾਂ ਮੁਲਕਾਂ ਦੇ ਵਿੱਚ ਅਗ ਨੌਕਰੀਆਂ ਕਰਦੇ ਨੇ ਇੱਥੇ ਨਹੀਂ ਕਰਦੇ ਪਰ ਸਾਡਾ ਮੁਲਕ ਕੱਦ ਦਾ ਆਜ਼ਾਦ ਹੋਇਆ ਆ ਸੋਸ ਸਭ ਤੋਂ ਜ਼ਿਆਦਾ ਸਾਡੇ ਕੋਲ ਵਾਤਾਵਰਨ ਸਾਡਾ ਸਾਰਿਆਂ ਨਾਲੋਂ ਵਧੀਆ ਹਰ ਪੌਣ ਪਾਣੀ ਮਾਹੌਲ ਖੁੱਲ ਡੁੱਲ ਹਰ ਜੀ ਸਾਡੇ ਕੋਲ ਆ ਪਰ ਅਸੀਂ ਪਿੱਛੇ ਆ ਕਿਉਂ ਕਿ ਲੀਡਰ ਸਾਡੇ ਬਾੜੇ ਨੇ ਲੋਕ ਕਦੇ ਮਾਰੇ ਨਹੀਂ ਹੋਏ ਲੋਕਾਂ ਤਾਂ ਦਿੰਦੇ ਆ ਲੁੱਟਦੇ ਇਹ ਨੇ ਕੰਗਾਲ ਅਸੀਂ ਨਹੀਂ ਕੀਤਾ 97 ਦੇ ਨੇੜੇ ਤੇੜੇ ਸਾਡਾ ਜਿਹੜਾ ਕਰਜ਼ਾ ਸੀ 3000 ਕਰੋੜ ਸੀ 97 ਤੋਂ ਬਾਅਦ ਅੱਜ 3 ਲੱਖ ਕਰੋੜ ਹੋ ਗਿਆ ਸਾਡੇ ਕੋਲ ਤਾਂ ਵਿਆਜ ਵੀ ਨਹੀਂ ਮੋੜਿਆ ਜਾ ਸਕਦਾ ਚੰਗਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੀ ਸਰਕਾਰ ਕੋਈ ਬਦਲੂਗੀ ਇਹ ਤਾਂ ਕੁਝ ਹੋ ਸਕਦੀ ਹੈ ਨਵੇਂ ਪਲਾਨ ਕਰ ਸਕਦੀ ਆ ਪਰ ਉਹ ਨਹੀਂ ਸੋਚ ਸਕਦਾ ਤੇ ਉਹਨਾਂ ਤਾਂ ਸਿਰਫ ਜਿਵੇਂ ਹੀ ਸਰਕਾਰ ਬਣਨੀ ਆ ਉਹਨਾਂ ਨੇ ਆਪਣੇ ਬਦਲਾ ਖੋਰੀ ਤੇ ਦੂਜੇ ਨਾਲੋਂ ਦੂਜੀ ਵੱਡ ਫੈਕਟਰੀਆਂ ਲਾ ਕੇ ਵੱਧ ਕਾਰੋਬਾਰ ਕਰਕੇ ਆਪਣੇ ਕਾਰੋਬਾਰ ਵਧਾਉਣੇ ਰਹਿਣ ਜੇਕਰ ਗੱਲ ਕੀਤੀ ਜਾਵੇ ਹੁਣ ਬਾਈ ਦੀਆਂ ਚੋਣਾਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਤੇ ਲਗਾਤਾਰ ਲੋਕਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਵੋਟਾਂ ਦਾ ਹੈ ਫਰਕ ਪੈਂਦਾ ਤੇ ਆਪਸੀ ਭਾਈਚਾਰੇ 'ਚ ਵੀ ਪੈਂਦਾ ਇਹਨੂੰ ਲੈ ਕੇ ਤੁਸੀਂ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹੋ ਕੀ ਦੇਣਾ ਚਾਹੁੰਦੇ ਹੋ ਦੇਖੋ ਪਹਿਲੀ ਗੱਲ ਤਾਂ ਵੀ ਇਸ ਵਾਰ ਨੇ ਉਹ ਹੋ ਗਿਆ ਉਹ ਜੋ ਹੁੰਦਾ ਹੁੰਦਾ ਸੀ ਵੋਟਾਂ ਦੇ ਨੇੜੇ ਆ ਕੇ ਨਾ ਇੱਕ ਦੂਜੇ ਨਾਲ ਡਾਂਗਾ ਐਦਕੀ ਤਾਂ ਕੋਈ ਕਰੇ ਨਹੀਂ ਰਿਹਾ ਜੇ ਉਹ ਤੱਕੇ ਨਾਲ ਹੀ ਕਿਸੇ ਨਾ ਕਿਸੇ ਘਰ ਦੇ ਉੱਤੇ ਝੰਡੀ ਲਾਉਂਦੇ ਨੇ ਔਰ ਆਪੇ ਕਹਿੰਦੇ ਨੇ ਉਹਦੇ ਨਾਲ ਦੀ ਆਪੇ ਉਹ ਪਰਿਵਾਰ ਸਾਰਾ ਕਹਿੰਦਾ ਯਾਰ ਹੁਣ ਕੀ ਕਰੀਏ ਯਾਰ ਉਹਨਾਂ ਨਾਲ ਉਹਨੇ ਮੇਰੀ ਮੋਟਰ ਲਵਾਈ ਸੀਗੀ ਉਹ ਕੋਈ ਸਪਾਰਸ਼ ਕਰੀ ਸੀ ਉਹ ਸਾਡੇ ਮਾਮੇ ਦਾ ਪੁੱਤ ਚਿੱਟੇ 'ਚ ਫੜਿਆ ਗਿਆ ਤੇ ਉਹਨੂੰ ਛਡਾਇਆ ਸੀ ਇਹਨਾਂ ਨੇ ਉਹ ਸਾਡਾ ਫਲਾਣਾ ਆਇਆ ਹੋ ਗਿਆ ਸੀ ਉਹ ਉਹਨਾਂ ਦੇ ਕਰਕੇ ਯਾਰ ਹੁਣ ਮਾੜਾ ਮੂੰਹ ਲਿਆ ਜਿਆਦਾ ਰੱਖਣਾ ਪੈਣਾ ਅਸੀਂ ਤਾਂ ਸਿਰਫ ਝੰਡੀਆਂ ਲਵਾਈਆਂ ਬੋਰਡ ਤਾਂ ਸੀ ਆਮ ਆਦਮੀ ਪਾਰਟੀ ਨੂੰ ਪੜਿਆ ਐਦਾਂ ਦੀਆਂ ਸੋਚਦੇ ਨੇ ਲੋਕ ਐਦਾਂ ਦੀਆਂ ਗੱਲਾਂ ਕਰਦੇ ਨੇ ਸੋ ਲੜਾਈ ਪਕੜਾ ਤੁਸੀਂ ਕਿਤੇ ਸੁਣਿਆ ਹੁਣ ਜੋ ਮੈਂ ਨਹੀਂ ਸੁਣਿਆ ਜੇ ਲੜਾਈ ਹੋਈ ਆ ਤਾਂ ਇਹਨਾਂ ਨੇ ਕਾਲੀ ਤੇ ਕਾਂਗਰਸ ਆਪਸੀ ਪੇੜਪੜਕੀ ਲੜੇ ਨੇ ਪਰ ਕਿਤੇ ਕਿਤੇ ਤੁਹਾਨੂੰ ਵੀ ਦੇਖਿਆ ਨਹੀਂ ਹੋਣਾ ਵੀ ਕਿਤੇ ਵਾ ਇਹਨਾਂ ਦਾ ਵਿਰੋਧ ਹੋ ਰਿਹਾ ਇਹਨਾਂ ਨੂੰ ਤਾਂ ਪਿੰਡਾਂ ਜਿੱਨੀ ਕੋਈ ਪੜਨ ਦਿੱਤਾ ਜਾ ਰਿਹਾ ਤਾਂ ਇਹਨਾਂ ਦੇ ਪਿੱਛੇ ਲੜਨ ਦਾ ਕੀ ਨੇ ਆ ਸੋ ਇਸ ਕਰਕੇ ਉਹ ਮਾਹੌਲ ਹੁਣ ਜਿਹੜੇ ਪਿਛਲੇ 70 75 ਚ ਰਾਜਨੀਤੀ ਹੋ ਗਈ ਆ ਉਹ ਹੋ ਗਿਆ ਹੁਣ ਖਤਮ ਹੋ ਗਿਆ ਇੱਥੇ ਵੀ ਪਤਾ ਲੱਗਦਾ ਕਿ ਮਾਹੌਲ ਜਮਾਂ ਹੀ ਚੇਂਜ ਹੋ ਚੁੱਕਿਆ ਹੁਣ ਨਵਾਂ ਮਾਹੌਲ ਆ ਗਿਆ ਇਹ ਸੰਨ ਕੁਲਵੀਰ ਸਿੰਘ ਮੁਸਕਾਬਾਦ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਉਹ ਕੈਂਡੀਡੇਟ ਦਾ ਪ੍ਰਚਾਰ ਜਿਨ੍ਹਾਂ ਦਾ ਪੰਜਾਬ ਦੇ ਲਈ ਯੋਗਦਾਨ ਹੈ ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਆਮ ਆਲਮੀ ਪਾਰਟੀ ਦਾ ਪ੍ਰਚਾਰ ਕਰਦਾ ਜਿਨ੍ਹਾਂ ਨੂੰ ਕਦੇ ਇੱਕ ਮੌਕਾ ਨਹੀਂ ਮਿਲਿਆ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਤਾਂ ਜੋ ਜਿਹੜਾ ਸਾਡਾ ਦੇਸ਼ ਆਹੋ ਅੱਗੇ ਵਧ ਸਕੇ ਕੈਮਰਾਮੈਨ ਅਤਲ ਬਰਮਾ ਦੇ ਨਾਲ ਮੈਂ ਸੁਖਵੀਰ ਭੰਗੂ ਪਟਿਆਲਾ 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com qanoon jatada